आपका मतलब खेत ही गए ही शाम को अपने वापसी आते पे अचानक उन्होंने आने के ध्यान ना किया। एक दी का ब्रदर नहीं तो हो गई मौके पर डैथ हो गई है ये जी हॉस्पिटल के बच्चे कोई बोलने की लाज नहीं है। जिन्ना क साड़ी नॉलेज आ इन्हां दी कोई पुरानी छोटा जिहा कोई झगड़ा सीगा वाटर लैके ते वो सारा जिहड़ा मैटर सी सराली थाने दे विच सॉल्व हो गया सी ते उस तो बाद हुण इन्हां दी कोई उन्हां नाल कोई भी लैणा देणा नहीं सी कोई गलबात नहीं सी। ये अपनी खेती कर रहे सीगे राती जिन्ना क सानू पता लग्गिया उन्होंने इन्हां ते आण के हमला करता। तरनतारन जिले के पिंड जोड़ा विच उस वेले दहशत का माहौल बन गया जदों जमीनी विवाद नूं लैके खेतां विच अन्नेवाह गोलियां चलियां। वापरी इस वारदात विच एक व्यक्ति की मौके ते ही मौत हो गई जदों कि एक व्यक्ति जख्मी हो गया जिसनों इलाज लई पट्टी के हस्पताल विच दाखिल करवाया गया जिस तों बाद मौके ते पहुंची पुलिस ने मामला दर्ज करके अगलेरी जांच शुरू कर दिती। घटना बारे जानकारी दिंदे होए पीड़ित परिवार दे मेंबर ने कहा कि मृतक गुरदेव सिंह ते सतनाम सिंह दा जमीन नूं लैके गुआंढियां नाल कुछ विवाद चल रहा सी ते जदों दोवें भरा गुरदेव सिंह अते सतनाम सिंह अपने खेतां विच गए तां शरीकां ने पुरानी रंजिश दे चलदिआं कुछ अणपछाते व्यक्तियां समेत उन्हां ते गोलियां चला के हमला कर दिता जिस विच गुरदेव सिंह दी मौके ते ही मौत हो गई जदों कि सतनाम सिंह जख्मी हो गया। ਕੀ ਗੱਲਬਾਤ ਹੋਈ ਹੈ ਜਿਹੜਾ ਇਹ ਕਿਹੜਾ ਮਰਡਰ ਹੋਇਆ ਤੇ ਕਿਹੜਾ ਕਿਸੇ ਜ਼ਿਲ੍ਹੇ ਇਲਾਜ ਪੱਟੀ ਹਸਪਤਾਲ ਤੁਹਾਡਾ ਪਿਆ ਸੀ ਇਹ ਵੀਰ ਜੀ ਇਹਨਾਂ ਦਾ ਕੋਈ ਆਪਸੀ ਹੈਗਾ ਇਹ ਪੁਰਾਣਾ ਪਹਿਲਾਂ ਮਰਾਇਆ ਵੱਟ ਦਾ ਝਗੜਾ ਸੀਗਾ ਅਤੇ ਉਹਨੂੰ ਲੈ ਕੇ ਮੰਨ ਲਓ ਕਿ ਇਹਨਾਂ ਦਾ ਵੈਸੇ ਦਾ ਨਿਪਟਾਰਾ ਹੋ ਗਿਆ ਸੀ ਸਭ ਕੁਛ ਹੋ ਗਿਆ ਸੀਗਾ ਅਤੇ ਰਾਜੀਨਾਮਾ ਵੀ ਹੋਇਆ ਸੀ ਅਤੇ ਇਹ ਆਪਦਾ ਮਤਲਬ ਖੇਤ ਹੀ ਗਿਆ ਸੀ ਸ਼ਾਮ ਨੂੰ ਅਤੇ ਆਪਣੇ ਵਾਪਸੀ ਆਉਂਦੇ ਪਏ ਸੀਗੇ ਅਚਾਨਕ ਉਹਨਾਂ ਨੇ ਆਣ ਕੇ ਇਹਨਾਂ ਦੇ ਹਮਲਾ ਕੀਤਾ। ਇੱਕ ਦੀ ਦਾ ਬ੍ਰਦਰ ਨਹੀਂ ਤਾਂ ਹੋ ਗਈ ਮੌਕੇ 'ਤੇ ਡੈਥ ਹੋ ਗਈ ਹੈ ਇਹ ਜੀ ਹੋਸਪਿਟਲ ਦੇ ਵਿੱਚ ਇਹਨਾਂ ਦੇ ਕੋਈ ਬੋਲਣ ਦੀ ਲਾਜ ਨਹੀਂ ਹੈਗੀ। ਕਿੰਨੇ ਇਹਨਾਂ ਦੇ ਕੋਲ ਹਮਲਾ ਆਇਆ ਅਤੇ ਕਿੰਨੇ ਇਹਨਾਂ ਦੀ ਸੱਟਾਂ ਲੱਗੀਆਂ ਅਤੇ ਕਿਸਮ ਜਿੱਦਾਂ ਡੈਥ ਹੋਈ ਹੈ? ਡੈਥ ਵੀਰ ਇੱਕ ਜੀ ਇਹਨਾਂ ਦੇ ਸੱਟਾਂ ਲੱਗੀਆਂ ਇੱਕ ਦੇ। ਕੀ ਨਾਂ ਇਹਨਾਂ ਦਾ? ਇਹਨਾਂ ਦਾ ਅਸ਼ਕਦੇਵ ਸਿੰਘ। ਅਤੇ ਜਿਹਨਾਂ ਦੀ ਡੈਥ ਹੋਈ ਉਹਦਾ ਕੀ ਨਾਂ ਹੈ? ਗੁਰਦੇਵ ਸਿੰਘ। ਕੀ ਮੰਗ ਕਰਦੇ ਹੁੰਦੇ ਜੀ? ਜੋ ਉਹਨਾਂ ਦੇ ਬਣਦੀ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ ਜੋ ਜੋ ਧਾਰਾ ਚਾਹੀਦੀਆਂ ਉਹਨਾਂ 'ਤੇ ਲੱਗਣੀ ਚਾਹੀਦੀ ਹੈ। ਹਾਂਜੀ ਭਾਅ ਜੀ ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਕੀ ਗੱਲਬਾਤ ਹੋਈ ਹੈ ਜਿਹੜੀ ਸੱਟਾਂ ਲੱਗੀਆਂ ਅਤੇ ਤੁਹਾਡੇ ਸੁਣ 'ਚ ਆਇਆ ਕਿ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਡੈਥ ਹੋਈ? ਇਹ ਅਸੀਂ ਤਾਂ ਦੇਖੋ ਮੌਕੇ 'ਤੇ ਮੌਜੂਦ ਨਹੀਂ ਸੀਗੇ ਅਤੇ ਜਿਹੜੇ ਬੰਦੇ ਮੌਕੇ 'ਤੇ ਹਾਜ਼ਰ ਸੀਗੇ ਉਹ ਅਜੇ ਇੱਥੇ ਹੈ ਨਹੀਂ ਗੇ ਅਤੇ ਇੱਕ ਜਿਹੜਾ ਮੁੰਡਾ ਸਾਡਾ ਭੂਆ ਜੀ ਦਾ ਬੇਟਾ ਉਹਨਾਂ ਦੀ ਡੈਥ ਹੋ ਗਈ ਮੌਕੇ 'ਤੇ ਉਹਨਾਂ ਦੇ ਗੋਲੀਆਂ ਕਾਫੀ ਲੱਗੀਆਂ ਨੇ ਅਤੇ ਇੱਕ ਇਹ ਅਜੇ ਐਡਮਿਟ ਹੈ ਅਤੇ ਇਹ ਅਜੇ ਬੋਲਣ ਦੇ ਹਾਲਾਤ 'ਚ ਨਹੀਂ ਹੈਗੇ ਅਤੇ ਜਿੱਦਾਂ ਸਾਨੂੰ ਪਤਾ ਲੱਗਾ ਅਸੀਂ ਸਿੱਧਾ ਹਸਪਤਾਲ ਹੀ ਆਏ ਹਾਂ ਅਤੇ ਜਿੰਨਾ ਕੁ ਸਾਡੀ ਨੌਲੇਜ ਆ ਵੀ ਇਹਨਾਂ ਦੀ ਕੋਈ ਪੁਰਾਣੀ ਛੋਟਾ ਜਿਹਾ ਕੋਈ ਝਗੜਾ ਸੀਗਾ ਵਾਟਰ ਲੈ ਕੇ ਅਤੇ ਉਹ ਸਾਰਾ ਜਿਹੜਾ ਮੈਟਰ ਸੀ ਸਰਾਲੀ ਥਾਣੇ ਦੇ ਵਿੱਚ ਸੋਲਵ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਕੋਈ ਉਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਕੋਈ ਗੱਲਬਾਤ ਨਹੀਂ ਸੀ। ਇਹ ਆਪਣੀ ਖੇਤੀ ਕਰ ਰਹੇ ਸੀਗੇ ਰਾਤੀ ਜਿੰਨਾ ਕੁ ਸਾਨੂੰ ਪਤਾ ਲੱਗਿਆ ਉਹਨਾਂ ਨੇ ਇਹਨਾਂ 'ਤੇ ਆਣ ਕੇ ਹਮਲਾ ਕਰਤਾ। ਕੌਣ ਸੀ ਜਿਹਨੇ ਹਮਲਾ ਕੀਤਾ ਜੀ? ਇਹਨਾਂ ਦੇ ਨਾਲ ਹੀ ਉਹਨਾਂ ਦੀ ਜ਼ਮੀਨ ਹੈ ਅਤੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਇਹਨਾਂ ਨੂੰ ਪਤਾ ਇਹ ਅਜੇ ਬੋਲਣ ਦੇ ਹਾਲਾਤ 'ਚ ਨਹੀਂ ਹੈਗੇ। ਤੁਹਾਡੇ ਕੀ ਲੱਗਦੇ ਨੇ? ਇਹ ਭੂਆ ਜੀ ਦੇ ਬੇਟੇ ਆ ਜੀ। ਇਸ ਸੰਬੰਧੀ ਦਰਖਾਸਤ ਦਿੱਤੀ ਕੋਈ? ਦਰਖਾਸਤ ਅਸੀਂ ਥਾਣਾ ਸਰਾਲੀ ਨੂੰ ਦਿੱਤੀ ਹੈ ਜੀ। ਮੌਕੇ 'ਤੇ ਸਾਰੇ ਅਫਸਰ ਆਏ ਨੇ ਡਿਪਟੀ ਸਾਹਿਬ SSP ਸਾਹਿਬ ਆਏ ਨੇ। ਕੋਈ ਕਾਰਵਾਈ ਹੋਈ ਜੀ? ਕਾਰਵਾਈ ਅਜੇ ਤੱਕ ਤਾਂ ਕੋਈ ਨਹੀਂ ਹੋਈ ਜੀ। ਕੀ ਮੰਗ ਕਰਦੇ ਹੋ ਤੁਸੀਂ? ਮੰਗ ਅਸੀਂ ਇਹੀ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਸੱਟਾਂ ਲਾਈਆਂ ਜਾਂ ਕਤਲ ਹੋਇਆ ਵਾ ਉਹਨਾਂ 'ਤੇ ਜਿਹੜੀਆਂ ਬਣਦੀਆਂ ਧਾਰਾਂ ਵਾ ਉਹ ਲੱਗਣੀਆਂ ਚਾਹੀਦੀਆਂ ਅਤੇ ਸਖ਼ਤ ਤੋਂ ਸਖ਼ਤ ਜਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਮਾਮਲੇ ਦੀ ਜਾਂਚ ਕਰ ਰਹੇ ASI ਪਰਮਜੀਤ ਸਿੰਘ ਨੇ ਦੱਸਿਆ ਕਿ ਵਾਰਦਾਤ ਕਰਨ ਵਾਲਿਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਅੱਜ ਕੋਈ ਨਿੱਕੀ ਜਿਹੀ ਗੱਲ ਤੋਂ ਤਰਕਾਰ ਹੋ ਗਿਆ ਬੰਬੀ ਤੇ ਦੋਵੇਂ ਬੈਠੇ ਸੀ ਇੱਕ ਆ ਜਿਹੜੇ ਮਰਨ ਵਾਲੇ ਖਾਦ ਪਾ ਕੇ ਆਏ ਜਾ ਰਹੇ ਸੀ ਇਹ ਜਿਨ੍ਹਾਂ ਨੇ ਗੋਲੀ ਚਲਾਈ ਆ ਇਹ ਬੰਬੀ ਤੇ ਬੈਠੇ ਸੀ ਕੋਈ ਤੂੰ ਮੈਂ ਹੋਈ ਤੇ ਇਹਨਾਂ ਮਤਲਬ ਅੰਨੇਵਾਹ ਗੋਲੀਆਂ ਚਲਾ ਕੇ ਅਤੇ ਅਗਰਦੇਵ ਸਿੰਘ ਦੇ ਮਤਲਬ ਜ਼ਖਮੀ ਕਰਤਾ ਅਤੇ ਇਹਦੇ ਭਰਾ ਸੁਖਦੇਵ ਸਿੰਘ ਨੂੰ ਮਤਲਬ ਹਸਪਤਾਲ ਮਤਲਬ ਜ਼ਖਮੀ ਹੋ ਗਿਆ। ਹਾਂਜੀ ਹਾਂਜੀ ਗੁਰਦੇਵ ਸਿੰਘ ਪੁੱਤਰ ਬਲਕਾਰ ਸਿੰਘ ਹਾਂ ਮੌਕੇ 'ਤੇ ਮੌਤ ਹੋ ਗਈ ਆ।
ਸਖਦੇਵ ਹਾਂ 302 ਦਾ ਮੁਕੱਦਮਾ ਦਰਜ ਹੋ ਗਿਆ ਜੀ। 302-307-34 IPC 25 ਜਨਰਲ ਅਸਲ ਐਕਟ ਦਾ ਪਰਚਾ ਦਰਜ ਕਰਕੇ ਅਰਜ ਕਰੋ ਜੀ। ਸਰ ਹਰਵਿੰਦਰ ਸਿੰਘ ਆ, 3-4 ਬੰਦੇ ਆ ਉਹ ਲਿਖੇ ਆ, 3-4 ਬੰਦੇ ਤੁਹਾਨੂੰ ਦੱਸ ਦਿੰਦੇ ਹਰਵਿੰਦਰ ਸਿੰਘ ਆ। ਜ਼ਖਮੀ ਜਿਹੜਾ ਹਸਪਤਾਲ ਦਾਖਲ ਹੈ? ਹਾਂਜੀ, ਪੱਟੀ ਹਸਪਤਾਲ ਦਾਖਲ ਹੈ ਜੀ। ਸਮੱਸਿਆ ਕੋਈ ਵੀ ਹੋਵੇ, ਜੜ ਤੋਂ ਖਤਮ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਜਿਵੇਂ ਮਨ ਚ ਆਇਆ ਪਿਆਰ, ਪਤੀ ਪਤਨੀ ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਵਸ਼ੀਕਰਨ, ਲਾਟਰੀ ਨੰਬਰ ਪਾਓ, ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਵਸ ਵਿੱਚ ਕਰਵਾਉਣ ਲਈ ਸੰਪਰਕ ਕਰੋ। ਪੰਡਿਤ AK ਸ਼ਾਸਤਰੀ, ਤੁਸੀਂ ਸੰਪਰਕ ਕਰ ਸਕਦੇ ਹੋ 9906590490। ਕੀ ਤੁਹਾਡਾ ਵਿਦੇਸ਼ ਵਿੱਚ ਘੁੰਮਣ ਦਾ ਹੈ ਸੁਪਨਾ? ਕੀ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ, ਜਾਂ ਫਿਰ ਵਿਦੇਸ਼ ਜਾ ਕੇ ਵਸਣ ਦਾ ਹੈ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ, ਤਾਂ ਇੱਕ ਹੀ ਭਰੋਸੇਯੋਗ ਨਾਮ ਹੈ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ ਹਰ ਤਰ੍ਹਾਂ ਦੇ ਵੀਜ਼ੇ ਦਾ ਮਾਮਲਾ, ਕੈਨੇਡਾ, USA, ਆਸਟ੍ਰੇਲੀਆ, UK ਅਤੇ ਨਿਊਜ਼ੀਲੈਂਡ, ਤਾਂ ਤੁਹਾਡਾ ਰਾਹਗੀਰ ਬਣੇਗਾ SE ਇੰਟਰਨੈਸ਼ਨਲ ਇਮੀਗ੍ਰੇਸ਼ਨ ਕੰਸਲਟੈਂਟ ਪ੍ਰਾਈਵੇਟ ਲਿਮਟਿਡ। ਸੰਪਰਕ ਕਰੋ 73407-37362, 73407-37369। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਅਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।